ਮੈਂ ਮਿਲ ਗਿਆ ਕਹਿਣਾ ਕੀਤਾ ਤੁਹਾਡੇ ਅੰਦਰ ਤੁਹਾਡੇ ਜੀਵਨ ਨੂੰ ਦੇਖ ਕਰਕੇ ਮੇਰੇ ਅੰਦਰ ਤੜਪ ਪੈਦਾ ਹੋ ਗਈ ਹੈ ਜਿਨ੍ਹਾਂ ਦੇ ਕਰਕੇ ਤੁਹਾਡਾ ਇਸ ਤਰ੍ਹਾਂ ਦਾ ਜੀਵਨ ਬਣਿਆ ਉਹਨਾਂ ਦੇ ਦਰਸ਼ਨ ਕਰਾਂ ਭਾਈ ਮਨੁਸ਼ੁਖ ਰਾਜੇ ਸ਼ਿਵਨਾਬ ਨੂੰ ਆਖਦੇ ਨੇ ਰਾਜਨ ਤੈਨੂੰ ਇਸ ਇਸ ਨੇ ਕਿਹਾ ਕੀਤਾ ਸੀ ਮੈਂ ਆਪਣਾ ਰਾਜ ਭਾਗ ਰਾਣੀਆਂ ਨੂੰ ਤਿਆਗਾਂ ਇਹ ਕਹਿੰਦਾ ਰਾਜ ਭਾਗ ਤਿਆਗਣ ਦੀ ਲੋੜ ਨਹੀਂ ਹੈ ਤੂੰ ਇੱਥੇ ਹੀ ਬੈਠ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਯਾਦ ਕਰਨਾ ਕਰ ਮੈਨੂੰ ਉਹਨਾਂ ਦੀ ਭੁੱਖ ਦਾ ਪਤਾ ਹੈ ਉਹ ਤੇਰੇ ਕੋਲ ਆਪਣੇ ਆਪ ਆ ਜਾਣਗੇ ਇਹਨੇ ਯਾਦ ਕਰਨਾ ਕੀਤਾ ਬੜੇ ਮਨੁੱਖ ਪਹੁੰਚਣ ਲੱਗੇ ਜਿਹੜੇ ਆਪਣੇ ਤਾਂ ਹੀ ਬੜੇ ਤਪੀਸ਼ਵਰ ਜਪੀਸ਼ਵਰ ਹੋਣ ਦਾ ਦਾਵਾ ਕਰਦੇ ਸੀ ਫਿਰ ਇਹਨੇ ਪਰਖ ਕਰਨਾ ਆਰੰਭ ਕਰਨਾ ਕੀਤਾ ਤਸਵੀਰ ਤੇ ਕੋਲੇ ਨਹੀਂ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਛਾਣ ਕਿਸ ਤਰ੍ਹਾਂ ਦੇ ਨਾਲ ਕਰਦਾ ਇਹਨੇ ਪਦਮਨੀ ਜਾਤ ਦੀਆਂ ਇਸਤਰੀਆਂ ਉਹ ਭੇਜਣਾ ਕੀਤੀਆਂ ਇਸਤਰੀਆਂ ਦੀ ਸ੍ਰੇਸ਼ਟ ਜਾਤ ਔਰ بڑے بڑے ਜਪੀਸ਼ਵਰ ਤਪੀਸ਼ਵਰ ਉਹ ਤੇ ਡੋਲੇ ਉਹਨਾਂ ਨੇ ਦੱਸਣਾ ਕੀਤਾ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਨਹੀਂ ਨੇ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚੇ ਪਾਈ ਮਰਦਾਨਾ ਜੀ ਦੇ ਨਾਲ ਉਹਨੇ ਫਿਰ ਭੇਜਣਾ ਕੀਤਾ ਪਦਮਨੀ ਜາດ ਦੀਆਂ ਇਸਤਰੀਆਂ ਨੂੰ ਦੇਖ ਕਰਕੇ ਸਤਗੁਰ ਆਖਦੇ ਨੇ ਗਾਛੋ ਪੁਤਰੀ ਰਾਜਕੁਆਰ ਉਹਨਾਂ ਨੂੰ ਪੁਤਰੀਆਂ ਕਹਿਣਾ ਕੀਤੀਆਂ ਬਾਕੀ ਮਨੁੱਖਾਂ ਨੂੰ ਵੀ ਸਤਗੁਰ ਇਹੀ ਆਖਦੇ ਨੇ ਧਿਆਨ ਪਤਨੀ ਤੋਂ ਬਿਨਾਂ ਬਾਹਰ ਨਾ ਜਾਵੇ ਦੇਖ ਪਰਾਈਆਂ ਚੰਗੀਆਂ ਮਾਵਾ ਪੈਣਾ ਤੀਆਂ ਜਾਣੇ ਪਰਾਈਆਂ ਨੂੰ ਦੇਖ ਪਰ ਮਾਂ ਜਾਣ ਭੈਣ ਜਾਣ ਧੀ ਜਾਣ ਸਤਿਗੁਰੂ ਆਪ ਵੀ ਪਰਾਈਆਂ ਨੂੰ ਦੇਖਦੇ ਨੇ ਧੀ ਜਾਣਦੇ ਨੇ ਕਿਸੇ ਦੇ ਤਾਂ ਹੀ ਮਾਂ ਕਹਿਣਾ ਕਰਦੇ ਨੇ ਕਿਰਿਆਵਾਂ ਦੀ ਸਮਾਨਤਾ ਜੋ ਆਪ ਨਹੀਂ ਕਰਨਾ ਜੋ ਦੂਸਰਿਆਂ ਨੂੰ ਕਰਨ ਵਾਸਤੇ ਨਹੀਂ ਕਰਨ ਵਾਸਤੇ ਕਹਿਣਾ ਉਹ ਆਪ ਵੀ ਨਹੀਂ ਕਰਨਾ ਦੂਸਰਿਆਂ ਨੂੰ ਇਹ ਆਖਣਾ ਹੈ ਪਤਨੀ ਤੋਂ ਬਿਨਾ ਤੁਹਾਡਾ ਧਿਆਨ ਸੁਪਨੇ ਦੇ ਵਿੱਚ ਵੀ ਬਾਹਰ ਨਾ ਜਾਵੇ ਅਰ ਸਤਗੁਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੌਵੇਂ ਪਾਤਸ਼ਾਹ ਦੀ ਸਿੱਖਿਆ ਬਿਆਨ ਕਰਦੇ ਨੇ ਸੁਧ ਜਵਤੇ ਹਮ ਤਰੀ ਬਚਨ ਗੁਰ ਦਏ ਹਮਾਰੇ ਪੂਤ ਇਹੈ ਪ੍ਰਣ ਤੋਹੇ ਪ੍ਰਾਣ ਜਬ ਲਗ ਕਟ ਥਾਰੇ ਮਹਾਰਾਜ ਆਖਦੇ ਨੇ ਮੈਨੂੰ ਸਿੱਖਿਆ ਦੇਣਾ ਕੀਤੀ ਨਾਮੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਨਿਜ ਨਾਰੀ ਸਿਓ ਨੇਹੋ ਤੁਮ ਨਿਤ ਬੜਈਓ ਪਰ ਨਾਰੀ ਕੀ ਸੇ ਪੂਲ ਸੁਪਨੇ ਹੋ ਨਾ ਜਈਓ ਧਿਆਨ ਸੁਪਨੇ ਦੇ ਵਿੱਚ ਵੀ ਪ੍ਰਾਈ ਇਸਤਰੀ ਦੀ ਤਰਫ ਨਾ ਜਾਵੇ ਜੀਵਨ ਦਾ ਸਭ ਤੋਂ ਸਿਰਮੌਰ ਕਾਰਜ ਆਨੰਦ ਦਾ ਇਹ ਸੰਪੂਰਨ ਹੁੰਦਾ ਹੈ ਦੋ ਦੇ ਮੇਲ ਦੇ ਨਾਲ ਪੂਰੇ ਗੁਰੂ ਤੇ ਸੱਚੇ ਸਿੱਖ ਦੇ ਨਾਲ ਕਿਸ ਪੈਮਾਨੇ ਦੇ ਨਾਲ ਪਛਾਣੀਏ ਸਤਗੁਰ ਆਖਦੇ ਨੇ ਤੂੰ ਬੁੱਧ ਦੀ ਵਰਤੋਂ ਕਰਨੀ ਕਰ ਤੂੰ ਦੇਖ ਜਿਹਨੂੰ ਗੁਰੂ ਮੰਨ ਰਿਹਾ ਉਥੇ ਪੂਰਿਆਂ ਦੀ ਨਿਸ਼ਾਨੀ ਇਹ ਹੈ ਸਾਰੀਆਂ ਕਿਰਿਆਵਾਂ ਦੀ ਸਮਾਨਤਾ ਹੋਵੇਗੀ ਔਰ ਬਰਾਬਰੀ ਦੀ ਵੰਡ ਹੋਵੇਗੀ ਸਾਰਿਆਂ ਦੇ ਵਾਸਤੇ ਸਾਂਝੀ ਵਾਲਤਾ ਹੋਵੇਗੀ ਬਰਾਬਰੀ ਹੋਵੇਗੀ ਔਰ ਕਿਰਿਆਵਾਂ ਦੀ ਸਮਾਨਤਾ ਹੋਵੇਗੀ ਇਹਨਾਂ ਨਿਸ਼ਾਨੀਆਂ ਨੂੰ ਤੂੰ ਦੇਖ ਫਿਰ ਤੂੰ ਗੁਰੂ ਤਾਰਨ ਕਰਨਾ ਕਰ ਉਸ ਗੁਰੂ ਨੂੰ ਤੂੰ ਮੰਨ ਜੀਦੇ ਜੀ ਦੀਆਂ ਕਿਰਿਆਵਾਂ ਦੇ ਵਿੱਚ ਸਮਾਨਤਾ ਹੋਵੇ ਇੱਕ ਮਨ ਕਲਾਕਾਰ ਔਰ ਉਹਨੂੰ ਦੇਖਣ ਵਾਲੇ ਦਰਸ਼ਕ ਕਿਰਿਆ ਦੇ ਵਿਸਮਾਨਤਾ ਨਹੀਂ ਬਣਦੇ ਕਲਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਾ ਹੈ ਦਰਸ਼ਕ ਦੇਖਦੇ ਰਹਿੰਦੇ ਨੇ ਕਲਾਕਾਰ ਦੀ ਆਪਣੀ ਜਗਾ ਬਣੀ ਰਹਿੰਦੀ ਹੈ ਦਰਸ਼ਕ ਕਲਾਕਾਰ ਨਹੀਂ ਬਣ ਸਕਦੇ ਔਰ ਕਲਾਕਾਰ ਦਰਸ਼ਕ ਨਹੀਂ ਬਣ ਸਕਦਾ ਕਿਰਿਆ ਦੀ ਸਮਾਨਤਾ ਨਹੀਂ ਬਣਦੀ ਪੂਰਿਆਂ ਦੀ ਨਿਸ਼ਾਨੀ ਹੈ ਉਹਨਾਂ ਦੀਆਂ ਸਾਰੀਆਂ ਕਿਰਿਆਵਾਂ ਔਰ ਉਹਨ ਇੱਕ ਵੀ ਕਿਰਿਆ ਐਸੀ ਨਹੀਂ ਹੁੰਦੀ ਉਹਨਾਂ ਨੂੰ ਮੰਨਣ ਵਾਲੇ ਨਾ ਕਰ ਸਕਣ ਇੱਕ ਵੀ ਕਿਰਿਆ ਐਸੀ ਨਹੀਂ ਹੁੰਦੀ ਤੂੰ ਆਪਣੀ ਬੁੱਧ ਦੀ ਵਰਤੋਂ ਕਰਨੀ ਕਰ ਬਰਾਬਰਤਾ ਹੀ ਹੋਵੇਗੀ ਔਰ ਉਹਨਾਂ ਦੀ ਕੋਈ ਵੀ ਕਿਰਿਆ ਇਸ ਤਰ੍ਹਾਂ ਦੀ ਨਹੀਂ ਹੋਵੇਗੀ ਉਹਨਾਂ ਨੂੰ ਮੰਨਣ ਵਾਲੇ ਨਾ ਕਰ ਸਕਣ ਔਰ ਉਹਨਾਂ ਦਾ ਕੋਈ ਵੀ ਉਪਦੇਸ਼ ਇਸ ਤਰ੍ਹਾਂ ਦਾ ਨਹੀਂ ਹੋਵੇਗਾ ਦੂਸਰਿਆਂ ਦੇ ਤਾਂ ਹੀ ਤੇ ਕਹਿਣਾ ਪਰ ਆਪ ਉਹਦੇ ਤੇ ਪੂਰਾ ਨਾ ਉਤਰਨ ਇਹਨਾਂ ਨਿਸ਼ਾਨੀਆਂ ਤੋਂ ਤੂੰ ਜਾਣ ਔਰ ਫਿਰ ਤੂੰ ਦੇਖ ਪੂਰੇ ਗੁਰੂ ਨੂੰ ਮਨ ਗੁਰ ਪੂਰਾ ਜਿਨ ਸਿਮਰਿਆ ਸਿਮਰਤੇ ਤੂੰ ਕਿਸੇ ਨੂੰ ਵੀ ਸਕਦਾ ਹੈ ਮਨ ਤੇ ਤੂੰ ਕਿਸੇ ਨੂੰ ਵੀ ਸਕਦਾ ਹੈ ਪਰ ਅਗਰ ਪੂਰਾ ਨਾ ਹੋਵੇ ਫਿਰ ਸਮਾ ਸ਼ਕਤੀ ਇਹ ਵਿਅਰਥ ਜਾਇਆ ਕਰਨੇ ਨਿਹਾਲ ਦੀ ਅਵਸਥਾ ਤੱਕ ਨਹੀਂ ਪਹੁੰਚ ਸਕਦਾ ਜਿਹੜੇ ਮਨੁੱਖਾਂ ਨੇ ਪੂਰੇ ਗੁਰੂ ਨੂੰ ਸਿਮਰਿਆ ਉਹੀ ਮਨੁੱਖ ਨਿਹਾਲ ਹੋਏ ਨੇ ਨਾਨਕ ਨਾਮ ਆਰਾਧਨਾ ਕਾਰਜ ਆਵੈਰਾਸ ਉਹਨਾਂ ਮਨੁੱਖਾਂ ਦੇ ਜੀਵਨ ਦਾ ਕਾਰਜ ਆਨੰਦ ਦਾ ਕਾਰਜ ਇਹ ਰਾਸ ਆਇਆ ਗੁਰੂ ਹਜ਼ੂਰੀ ਦੇ ਵਿੱਚ ਆਇਆ ਕਥਾ ਨੂੰ ਸੁਣਦੇ ਆ ਆਪਣਾ ਵਿਸ਼ਵਾਸ ਪੂਰੇ ਗੁਰੂ ਦੇ ਉੱਪਰ ਵੱਜੇ ਗੁਰੂ ਦੀਆਂ ਕਿਰਿਆਵਾਂ ਗੁਰੂ ਦੀ ਬਰਾਬਰਤਾਈ ਦੀ ਵੰਡ ਨੂੰ ਦੇਖ ਕਰਕੇ ਅੰਦਰ ਸਿਮਰਨ ਦੀ ਭਾਵਨਾ ਬਣੇ ਔਰ ਜੀਵਨ ਦੇ ਵਿੱਚ ਆਨੰਦ ਪ੍ਰਾਪਤ ਹੋਵੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੁਆਰਾ ਉਚਾਰਨ ਭਾਵਨ ਉਪਦੇਸ਼ ਸਲੋਕ ਗੁਰਪੂਰਾ ਜਿਨ ਸਿਮਰਿਆ ਸੇਈ ਪੈ ਨਿਹਾਲ ਨਾਨਕ ਨਾਮ ਅਰਾਧਣਾ ਕਾਰਜ ਆਵੇ ਰਾਸ ਪਾਵਨ ਸ਼ਲੋਕ ਦੀ ਵਿਆਖਿਆ ਦਾਸ ਆਪ ਜੀ ਦੇ ਅੱਗੇ ਬਿਆਨ ਕਰ ਰਿਹਾ ਓਹੀ ਮਨੁੱਖ ਨਿਹਾਲ ਹੋਏ ਨੇ ਉਹਨਾਂ ਮਨੁੱਖਾਂ ਦੇ ਹੀ ਕਾਰਜ ਰਾਸ ਆਏ ਨੇ ਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਨੂੰ ਸਿਮਰੇ ਵਾਰ-ਵਾਰ ਗੁਰਬਾਣੀ ਦੇ ਵਿੱਚ ਗੁਰੂ ਦਾ ਜ਼ਿਕਰ ਤੇ ਹੈ ਨਾਲ ਪੂਰੇ ਦਾ ਵੀ ਜ਼ਿਕਰ ਹੈ ਗੁਰਪੂਰਾ ਮੇਰਾ ਗੁਰਪੂਰਾ RAM ਨਾਮ ਜਪ ਸਦਾ ਸੁਹੇਲੇ ਬਿਨ ਸੇ ਹौं ਮੈਂ ਰੋਗ ਕੂਰਾ ਪੂਰੇ ਗੁਰੂ ਦਾ ਜ਼ਿਕਰ ਧਾਰਮਿਕ ਸਾਧਨਾ ਦੀ ਸਫਲਤਾ ਪੂਰੇ ਗੁਰੂ ਔਰ ਸੱਚੇ ਸਿੱਖ ਦੇ ਮੇਲ ਤੋਂ ਹੈ ਦੋਹ ਮਿਲ ਕਾਰਜ ਉਪਜੈ ਦੋਨਾਂ ਦਾ ਮੇਲ ਹੋ ਜਾਏ ਕਾਰਜ ਪ੍ਰਗਟ ਹੁੰਦਾ ਹੈ RAM ਨਾਮ ਸੰਜੋ ਕਿਹੜੇ ਪੈਮਾਨੇ ਦੇ ਨਾਲ ਪਛਾਣੀਏ ਕਿਸ ਤਰ੍ਹਾਂ ਦੇ ਨਾਲ ਜਾਣੀਏ ਕਹਿਣ ਮਾਤਰ ਤੇ ਬਿਆਨਤ ਆਪਣੇ ਤਾਂ ਹੀ ਗੁਰੂ ਦਾ ਦਾਵਾ ਕਰਦੇ ਨੇ ਭਾਈ ਗੁਰਦਾਸ ਜੀ ਫਿਰ ਕਸਵਟੀਆਂ ਬਿਆਨ ਕਰਦੇ ਨੇ ਜਿਨ੍ਹਾਂ ਕਸਵਟੀਆਂ ਤੋਂ ਪਤਾ ਚੱਲਦਾ ਹੈ ਜਿਨ੍ਹਾਂ ਪੈਮਾਨਿਆਂ ਤੋਂ ਪਤਾ ਚਲਦਾ ਹੈ ਪੂਰੇ ਗੁਰੂ ਦੀ ਨਿਸ਼ਾਨੀ ਕੀ ਹੈ ਉਹਨਾਂ ਦੀਆਂ ਵਾਰਾਂ ਸਤਗੁਰ ਗੁਣੀ ਨਿਦਾਨ ਹੈ ਗੁਣ ਕਰ ਬਖਸ਼ੈ ਆਵਗਣਿਆਰੇ ਪੂਰੇ ਗੁਰਾਂ ਗੁਰੂ ਉਤੇ ਗੁਣਾ ਦਾ ਖਜ਼ਾਨਾ ਹੁੰਦੇ ਨੇ ਨਿਦਾਨ ਖਜ਼ਾਨਾ ਸਤਗੁਰ ਗੁਣੀ ਨਿਦਾਨ ਹੈ ਪੂਰਾ ਗੁਰੂ ਤੇ ਗੁਣਾ ਦਾ ਖਜ਼ਾਨਾ ਹੈ ਔਗਣਾਰੇ ਮਨੁੱਖ ਪੂਰੇ ਗੁਰੂ ਨੂੰ ਮਿਲਦੇ ਨੇ ਪੂਰੇ ਗੁਰੂ ਔਗਣਾਰੇ ਮਨੁੱਖਾਂ ਨੂੰ ਗੁਣ ਬਖਸ਼ਿਸ਼ ਕਰਦੇ ਨੇ ਇਹ ਉਹਨਾਂ ਦੀ ਨਿਸ਼ਾਨੀ ਹੈ ਨਿਰਮਲ ਗਿਆਨ